ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪੰਜਾਬ ਸਰਕਾਰ ਵੱਲੋਂ ਭਾਈ ਕਨਈਆ ਜੀ ਮਾਨਵ ਸੇਵਾ ਦਿਵਸ ਦੇ ਅਵਸਰ ਤੇ ਰਾਜਪੁਰਾ ਦੇ ਪਟੇਲ ਮੈਮੋਰੀਅਲ ਕਾਲਜ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਸਿਹਤ ਮੰਤਰੀ ਨੇ ਪੰਜਾਬ ਵਾਸੀਆਂ ਅਤੇ ਸਵੈ ਸੇਵੀ ਸੰਸਥਾਵਾਂ ਨੂੰ ਪੰਜਾਬ ਨੂੰ ਨੇਤਰਹੀਣ ਮੁਕਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਨੇਤਰਹੀਣ ਨੂੰ ਅੱਖਾਂ ਦੀ ਰੋਸ਼ਨੀ ਪ੍ਰਦਾਨ ਕਰਨਾ ਸਭ ਤੋਂ ਵੱਡਾ ਪੁੰਨ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਨੂੰ ਨੇਤਰਹੀਣ ਮੁਕਤ ਕਰਨ ਦੇ ਲਈ ਰਾਜ ਸਰਕਾਰ ਅਤੇ ਸਿਹਤ ਵਿਭਾਗ ਹਰ ਮਦਦ ਪ੍ਰਦਾਨ ਕਰੇਗਾ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ SPS ਓਬਰਾਏ ਵੀ ਮੌਜੂਦ ਰਹੇ, ਜਿਨ੍ਹਾਂ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਰਾਜਪੁਰਾ ਦੇ ਸਿਵਲ ਹਸਪਤਾਲ ਨੂੰ ਡਾਇਲਸਿਸ ਦੀਆਂ 3 ਮਸ਼ੀਨਾਂ ਦੇਣ ਦਾ ਐਲਾਨ ਵੀ ਕੀਤਾ। ਸਮਾਗਮ ਦੌਰਾਨ SPS ਓਬਰਾਏ ਸਮੇਤ ਵੱਖ ਵੱਖ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਭਾਈ ਕਨਈਆ ਜੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਹਿਲਾਂ ਵੀ ਅਸੀਂ ਉਹਨਾਂ ਰਾਹਾਂ 'ਤੇ ਚੱਲ ਰਹੇ ਹਾਂ, ਉਹਨਾਂ ਦੇ ਜੋ ਅਸੂਲ ਨੇ, ਜੋ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲ ਰਹੇ ਹਾਂ। ਜਿਸ ਤਰ੍ਹਾਂ ਉਹਨਾਂ ਨੇ ਕਦੀ ਮਤਭੇਦ ਨਹੀਂ ਸੀ ਰੱਖਿਆ, ਟਰੱਸਟ ਵੱਲੋਂ ਵੀ ਕੋਈ ਮਤਭੇਦ ਨਹੀਂ ਰੱਖਿਆ ਜਾ ਰਿਹਾ। ਜਿੱਥੇ ਉਹ ਪਾਣੀ ਪਿਲਾਉਂਦੇ ਸੀ, ਮਲਮ ਲਾਉਂਦੇ ਸੀ, ਟਰੱਸਟ ਵੱਲੋਂ ਸਾਡੇ ਕਿ ਅਸੀਂ ਮੈਡੀਕਲ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ ਅਸੀਂ, ਕਿਉਂਕਿ ਅੱਜ ਇੰਨੀ ਗਰੀਬੀ ਹੈ ਔਰ ਇੰਨੀ ਲੋੜ ਹੈ ਇਸ ਚੀਜ਼ਾਂ ਦੀ।